ਬਹੁਤ ਰੀਜਨਲ ਲਿਖਿਆ ਸੀ ਬੈਠ ਕੇ ਕਹਿੰਦਾ ਸਭ ਕੁਝ ਕਰਤਾ ਸਕਦੇ ਆ ਪਰ ਸਾਨੂੰ ਲੋੜ ਨਹੀਂ ਪਰ ਕਈ ਵਾਰੀ ਨਾ ਲੋੜ ਪੈ ਜਾਂਦੀ ਆ ਜਦੋਂ ਪਾਣੀ ਸਿਰ ਤੋਂ ਲੰਘ ਜਾਵੇ ਤਾਂ ਕੁਛ ਨਾ ਕੁਛ ਤਾਂ ਕਹਿਣਾ ਹੀ ਪੈਂਦਾ ਬਾਈ ਜੀ ਮੇਰੇ ਮਾਪਿਆਂ ਨੇ ਵੀ ਮੈਨੂੰ ਇਹ ਨਹੀਂ ਸਿਖਾਇਆ ਵੀ ਚੁੱਪ ਕਰਕੇ ਸੁਣੀ ਜਾ ਮੇਰੇ ਮਾਪੇ ਨੇ ਮੈਨੂੰ ਇਹ ਸਿਖਾਇਆ ਵੀ ਜੇ ਕੋਈ ਹੰਕਾਰੂਗਾ ਤੂੰ ਉਹਨੂੰ ਸੁਧਾਰੇਗਾ ਠੀਕ ਹੈ ਨਾ ਅੱਗੇ ਮੈਂ ਕਦੇ ਨਹੀਂ ਕਹਿੰਦਾ ਹੁੰਦਾ ਅੱਜ ਆਪਦੇ ਫੋਨ ਕੱਢੋ ਅੱਜ ਮੈਂ ਤੁਹਾਨੂੰ ਸੁਣਾਉਣਾ ਠੀਕ ਹੈ ਨਾ ਅੱਜ ਮੈਂ ਸੁਣਾਊਂਗਾ ਅੱਜ ਤੁਸੀਂ ਸੁਣੋਗੇ ਤੇ ਉਹ ਵੀ ਸੁਣੂਗਾ ਕੋਈ ਚੱਕਰ ਨਹੀਂ ਆ ਜਾਓ ਕਹਿੰਦਾ ਦਿਲ ਤੋਂ ਲਿਖੀ ਆ ਜੇ ਗਲਤ ਹੋਇਆ ਕਹਿ ਦਿਓ ਜਮਾਂ ਸਹੀ ਲਿਖਿਆ ਕੋਈ ਚੌੜਬਾਜ਼ੀ ਨਹੀਂ ਕੀਤੀ ਸੌਂ ਲੱਗੇ ਰੱਬ ਦੀ ਇਹੋ ਜਿਹੇ ਰਿਪਲਾਈ ਨਾ ਮੈਂ 40 ਲਿਖ ਲੂੰਗਾ ਆਉਂਦਾ ਆਉਂਦਾ ਲਿਖ ਲਿਆ ਆ ਕੋਈ ਟਾਈਮ ਨਹੀਂ ਲੱਗਦਾ ਜੇ ਸੁਣ ਸਕਦੇ ਹਾਂ ਤਾਂ ਸੁਣਾ ਵੀ ਸਕਦੇ ਹਾਂ ਡਾਰਲਿੰਗ ਕੋਈ ਚੱਕਰ ਨਹੀਂ ਕਹਿੰਦਾ ਧਿਆਨ ਨਾਲ ਸੁਣਿਓ ਹਨਾ ਫਿਰ ਰੌਲਾ ਪਾਇਓ ਕਹਿੰਦਾ ਕਹਿੰਦਾ ਯਾਰ ਤੂੰ ਆਪਣੀ ਦੁਨੀਆਂ 'ਚ ਆਪ ਹੀ ਘੈਂਟ ਬਣੀ ਜਾਂਦਾ ਤੂੰ ਆਪਣੀ ਦੁਨੀਆਂ 'ਚ ਆਪ ਹੀ ਘੈਂਟ ਬਣੀ ਜਾਂਦਾ ਆਪਣੀ ਹਿੱਕ ਨੂੰ ਆਪ ਹੀ ਥਾਪੜ ਕੇ ਆਪ ਹੀ ਤਨੀ ਜਾਂਦਾ ਕਹਿੰਦਾ ਤੂੰ ਹੀ ਆ ਸਾਰਾ ਕੁਛ ਉਹ ਤੂੰ ਹੀ ਆ ਸਾਰਾ ਕੁਛ ਗੁੰਡਾ ਵੀ ਬਦਮਾਸ਼ ਵੀ ਸਟਾਰ ਵੀ ਕਲਾਕਾਰ ਵੀ ਬਾਲਾ ਘੈਂਟ ਆ ਨਾ ਤੂੰ ਬਾਲਾ ਘੈਂਟ ਕਹਾਉਣਾ ਤੂੰ ਫਿਰ ਗੈਬ ਕਿਉਂ ਹੋ ਜਾਂਦਾ ਜਦੋਂ ਕੋਈ ਪਿੰਡ ਆਉਂਦਾ ਗਲਤੀਆਂ ਕੱਢਣ ਗੀਤਾਂ 'ਚ ਤਾਂ ਦੂਰੇ ਕਰ ਦਿੰਦਾ ਉਹ ਗੈਬ ਕਿਉਂ ਹੋ ਜਾਂਦਾ ਜਦੋਂ ਕੋਈ ਪਿੰਡ ਆਉਂਦਾ ਗਲਤੀਆਂ ਕੱਢਣ ਗੀਤਾਂ 'ਚ ਤਾਂ ਦੂਰੇ ਕਰ ਦਿੰਦਾ ਓਏ ਪਾਗਲਾ ਆਪ ਪੰਗੇ ਪਾ ਕੇ ਆਪਣੀ ਵਿਚਾਰੀ ਭੋਲੀ ਮਾਂ ਨੂੰ ਮੀਡੀਆ ਦੇ ਕਿਉਂ ਮੂਹਰੇ ਕਰ ਦਿੰਦਾ ਕਹਿੰਦਾ ਜਿਵੇਂ ਤੇਰਾ ਚੱਲਦਾ ਚਲਾਈ ਜਾ ਜਿਵੇਂ ਤੇਰਾ ਚੱਲਦਾ ਚਲਾਈ ਜਾ ਐਵੇਂ ਹਰੇਕ ਨਾਲ ਨਾ ਸਿੰਘ ਫਸਾਈ ਜਾ ਕਰਕੇ ਇੰਜੀਨੀਅਰਿੰਗ ਇਹ ਨਾ ਸੋਚੀ ਬਦਮਾਸ਼ੀ ਦੀ ਡਿਗਰੀ ਆ ਗਈ ਉਹ ਤਾਂ ਬਹੁਤ ਦੂਰ ਖੜੀ ਹੈ ਤਾਂ ਹੀ ਹਰੇਕ ਜਗ੍ਹਾ ਜਾ ਕੇ ਮੈਨੂੰ ਨਿੰਦੀ ਜਾਣਾ ਕਿਉਂਕਿ ਮਿਰਚ ਦਾ ਤੇਰੇ ਲੜੀ ਹੈ ਕਹਿੰਦਾ ਮੈਂ ਇੱਥੇ ਮੈਂ ਬੋਲਣ ਅੱਜ ਕਿਸੇ ਕਾਰਨ ਕਰਕੇ ਆਇਆ ਇਹ ਨਾ ਸੋਚੀ ਹਾਰਨ ਕਰਕੇ ਆਇਆ ਇਹ ਵੀ ਨਾ ਸੋਚੀ ਤੈਨੂੰ ਮਾਰਨ ਕਰਕੇ ਆਇਆ ਮੈਂ ਤਾਂ ਤੈਨੂੰ ਸੁਧਾਰਨ ਕਰਕੇ ਆਇਆ ਪੁੱਤ ਓਨਾ ਟਾਈਮ ਸੁਧਾਰੂਗਾ ਜਿੰਨਾ ਟਾਈਮ ਤੂੰ ਹੰਕਾਰੇਗਾ ਓਨਾ ਟਾਈਮ ਸੁਧਾਰੂਗਾ ਜਿੰਨਾ ਟਾਈਮ ਤੂੰ ਹੰਕਾਰੇਗਾ ਤੈਨੂੰ ਦੱਸਦਾ ਰਹੂ ਧਰਤੀ ਕਿੱਥੇ ਆ ਤੇਰੇ ਯਾਰੀ ਵਾਲੇ ਰੈਕਡ ਵੀ ਸਾਨੂੰ ਸਾਰੇ ਪਤਾ ਤੂੰ ਨਿਭਾਈ ਕਿੱਥੇ ਆ ਤੇ ਵਰਤੀ ਕਿੱਥੇ ਆ ਠੀਕ ਹੈ ਨਾ ਉਹ ਕੋਈ ਨਾ ਕੋਈ ਸਿੱਧਾ ਕਰ ਜੂ ਐਵੇਂ ਹਰੇਕ ਨਾਲ ਨਾ ਲੜਿਆ ਕਰ ਕੋਈ ਨਾ ਕੋਈ ਸਿੱਧਾ ਕਰ ਜੂ ਐਵੇਂ ਹਰੇਕ ਨਾਲ ਨਾ ਲੜਿਆ ਕਰ ਆਪਦੇ ਆਪ ਨੂੰ ਹੀ ਬਾਹਲਾ ਸਿਆਣਾ ਲੱਗਦਾ ਨਾ ਤੂੰ ਉਹ ਸਿਆਣਿਆ ਦਾਰੂ ਪੀ ਕੇ ਸਟੇਜਾਂ ਤੇ ਨਾ ਚੜਿਆ ਕਰ ਹੰਕਾਰ 2 ਮਿੰਟ 'ਚ ਚੜ੍ਹਾਈ ਨੂੰ ਖਤਮ ਕਰ ਦਿੰਦਾ ਆਹ ਕੱਦਾਂ ਕਾਠਾਂ ਤੇ ਬਹੁਤ ਮਾਣ ਨੇ ਨਾ ਲੋਕਾਂ ਨੂੰ ਕਹਿੰਦਾ ਹੰਕਾਰ 2 ਮਿੰਟ 'ਚ ਚੜ੍ਹਾਈ ਨੂੰ ਖਤਮ ਕਰ ਦਿੰਦਾ ਕਦੇ ਕੱਦ ਤੇ ਹੰਕਾਰ ਤੇ ਕਦੇ ਚੜ੍ਹਾਈ ਤੇ ਕਹਿੰਦਾ ਪੁੱਤ 2.5 ਫੁੱਟ ਵਾਲੇ ਨਾ ਸਿਰ ਖੋਲ ਜਾਂਦੇ ਆ ਜਦੋਂ ਆ ਜਾਂਦੇ ਆਈ ਤੇ ਉਹ ਤੈਨੂੰ ਯਾਦ ਹੀ ਹੋਣਾ ਤੈਨੂੰ ਯਾਦ ਹੀ ਹੋਣਾ ਜਦੋਂ ਤੈਨੂੰ ਲੋੜ ਸੀ ਉਦੋਂ ਬਾਹਰ ਲੈ ਕੇ ਯਾਰ ਖੜਾ ਸੀ ਪੁੱਤ ਤੈਨੂੰ ਜਦੋਂ ਸਾਡੇ ਤੱਕ ਕੰਮ ਸੀ ਨਾ ਕੈਨੇਡਾ ਸਟੂਡੀਓ ਦੇ ਬਾਹਰ ਖੜਾ ਸੀ ਠੀਕ ਹੈ ਨਾ ਜਿਹੜੇ ਲੱਛਣ ਤੂੰ ਕਰਦਾ ਓਏ ਆਹੀ ਕੁੰਡਾ ਕਰਾਉਂਦੇ ਆ ਤੇਰੇ 'ਚ ਤਾਂ ਦਮ ਮੈਨੂੰ ਪਤਾ ਹੀ ਆ ਕਿੰਨਾ ਤੇਰੇ ਨਾਲ ਦੇ ਉਂਗਲੀਆਂ ਲਾਉਂਦੇ ਆ ਜਿਹੜੇ ਸਾਰੇ ਕਲਾਕਾਰ ਕਹਿੰਦੇ ਸੀ ਨਾ ਵੀ ਕਲਾਕਾਰ ਆਏ ਉਹ ਯਾਰ ਵਿਹਲੇ ਥੋੜੀ ਆ ਜਿਹੜੇ ਸਾਰੇ ਕਲਾਕਾਰ ਤੂੰ ਕਹਿੰਦਾ ਤੈਨੂੰ ਹੇਟ ਕਰਦੇ ਆ ਉਹ ਪਤੰਦਰਾ ਉਹ ਵਿਹਲੇ ਥੋੜੀ ਆ ਜੇ ਤੂੰ ਆਪਣੇ ਆਪ 'ਚ ਉਸਤਾਦ ਆ ਤਾਂ ਉਹ ਤੇਰੇ ਚੇਲੇ ਥੋੜੀ ਆ ਹੱਥ ਤੇ ਬੰਦੂਕ ਬਣਾ ਕੇ ਨਹੀਂ ਰੱਖੀ ਦੀ ਹੱਥ ਤੇ ਬੰਦੂਕ ਬਣਾ ਕੇ ਨਹੀਂ ਰੱਖੀ ਦੀ ਉਹ ਨਹੀਂ ਬੰਦੇ ਮਾਰਦੀ ਤੂੰ ਪਿੱਛੇ ਜੇ ਕਹਿੰਦਾ ਸੀ ਨਾ ਮੈਨੂੰ ਮਾਰੇਗਾ ਉਹ ਬਾਬਾ ਨਾਨਕ ਰਾਖੀ ਕਰੂ ਯਾਰ ਦੀ ਜਿਵੇਂ ਮੈਂ ਲੜਿਆ ਕਿਤੇ ਕਿਸਮਤ ਦੇ ਨਾਲ ਤੂੰ ਵੀ ਲੜ ਜਾਂਦਾ ਉਹ ਮੈਨੂੰ ਸੌਂ ਲੱਗੇ ਜੇ ਤੂੰ ਮੇਰੀ ਜਗ੍ਹਾ ਹੁੰਦਾ ਨਾ ਤਕਲੀਫ ਨਾਲ ਨੱਕ ਡਬੋ ਕੇ ਮਰ ਜਾਂਦਾ ਚੱਲ ਤੂੰ ਜੋ ਵੀ ਮੇਰੇ ਯਾਰਾ ਬੋਲਿਆ ਕੋਈ ਚੱਕਰ ਨਹੀਂ ਤੂੰ ਜੋ ਵੀ ਮੇਰੇ ਯਾਰਾ ਬੋਲਿਆ ਤੂੰ ਨੀ ਤੇਰਾ ਸਾੜਾ ਬੋਲਿਆ ਬੰਦਾ ਮੈਂ ਚਾਹੇ ਜਿੱਦਾਂ ਦਾ ਵੀ ਆ ਕਰ ਕਦੇ ਚਾਚੇ ਮਾਮਿਆਂ ਨੂੰ ਨੀ ਮਾੜਾ ਬੋਲਿਆ ਕਹਿੰਦਾ ਆਖਰੀ ਗੱਲ ਆ ਕਹਿੰਦਾ ਅੱਖਾਂ ਤੇ ਕੰਨ ਖੋਲ ਕੇ ਆਪਦੀ ਦੁਨੀਆਂ ਚੋਂ ਬਾਹਰ ਨਿਕਲ ਕੇ ਦੇਖ ਬਗਾਨੇ ਵੱਜਣ ਦਿੰਦੇ ਚੀਕ ਨੀ ਉਹ ਪੁੱਤ ਘਰੋਂ ਬਾਹਰ ਨਿਕਲ ਕੇ ਦੇਖ ਮਾਹੌਲ ਠੀਕ ਨਹੀਂ ਵੀਰਿਆ ਮੈਨੂੰ ਕੋਈ ਲੋੜ ਨਹੀਂ ਸੀ ਇੱਥੇ ਆਹ ਕੁਛ ਕਹਿਣ ਦੀ ਕੋਈ ਚੱਕਰ ਨਹੀਂ ਮੇਰੇ ਮਾਪਿਆਂ ਨੇ ਪਰ ਮੈਨੂੰ ਇਹ ਸਿਖਾਇਆ ਵੀ ਪੁੱਤ ਜੇ ਕੋਈ ਵਾਲਾ ਉੱਡੂ ਨਾ ਨੋ ਪ੍ਰੋਬਲਮ ਐਂ ਫੜ ਕੇ
I love it. आज भी अगला गाना सानू लोड दी दारी पैसे मारी करती रहती फाइटिया एक टप्पिया सब पता की रोंग आखी रहटिया और दुनियादारी पैसे मारी करती रहती फाइटिया एक टप्पिया सब पता की रोंग आखी रहटिया स्ट्रगल किया हवाली की कोकनी किया स्ट्रगल किया सब कुछ करता सकते सब कुछ करता सकते सब कुछ करता सकते सानू